ਵੱਡਾ ਇਕੱਠ ਨਜ਼ਰ ਆ ਰਿਹਾ ਹੋਣਾ ਤੁਹਾਨੂੰ ਸਕਰੀਨ 'ਤੇ। ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦੇ ਬਾਹਰ ਅਸੀਂ ਮੌਜੂਦ ਹਾਂ। ਸਮਰਥਕ ਜਿਹੜੇ ਚਾਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ, ਇੱਧਰ ਦਿਖਾ ਦਿਓ ਵਜੇ, ਨਾਲ ਦੀ ਨਾਲ ਸਮੋਸੇ ਵੰਡਣ ਦਾ ਪ੍ਰੋਗਰਾਮ ਵੀ ਚੱਲ ਰਿਹਾ। ਬਰਜਿੰਦਰ ਸਿੰਘ ਹੁਸੈਨਪੁਰੀ ਆਪਣੀ ਟੀਮ ਦੇ ਨਾਲ ਪਹੁੰਚੇ ਆ, ਨੋਆ ਨਰੋਆ ਪੰਜਾਬ ਦੀ ਸਾਰੀ ਟੀਮ ਇੱਥੇ ਮੌਜੂਦ ਹੈ। ਹੁਸੈਨਪੁਰੀ ਸਾਹਿਬ, ਐਡਾ ਵੱਡਾ ਇਕੱਠ ਕੀ ਕਹੋਗੇ ਜੀ? ਮੈਂ ਜਿਹੜਾ ਹੁਣ ਇਹ ਇਲੈਕਸ਼ਨ ਹੈ ਬਿਲਕੁਲ ਅੰਤਮ ਪੜਾਅ ਵੱਲ ਹੈ। ਹੁਣ ਤਾਂ ਅਸੀਂ ਆਪਣੀ ਆਪਣੀ ਜ਼ਿੰਮੇਵਾਰੀ ਸੰਭਾਲਦੇ ਹੋਏ ਆਪਣੇ ਆਪਣੇ ਪਿੰਡਾਂ ਦੇ ਵਿੱਚ ਆਪਣੇ ਆਪਣੇ ਬੂਥ ਜਿਹੜੇ ਆ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਆ, ਅਸੀਂ ਹਰ ਵੋਟਰ ਨੂੰ ਉਤਸ਼ਾਹਿਤ ਕਰਕੇ ਵੋਟ ਪਾਉਣ ਲਈ ਲੈ ਕੇ ਜਾਈਏ ਔਰ ਅਸੀਂ ਜਿਹੜੀ ਇਹ 1 ਤਰੀਕ ਨੂੰ ਚੋਣ ਨਿਸ਼ਾਨ ਤੱਕੜੀ 'ਤੇ ਵੋਟ ਪਾਈਏ ਔਰ ਆਪਣੇ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਨੂੰ ਕਾਮਯਾਬ ਕਰੀਏ। ਤੁਹਾਡਾ ਬੇਟਾ ਵੀ ਆਇਆ ਉਚੇਚੇ ਤੌਰ 'ਤੇ ਅਮਰੀਕਾ ਤੋਂ ਆਏ ਜੀ? ਬਿਲਕੁਲ ਜੀ, USA ਤੋਂ ਆਏ ਜੀ ਤਪ ਸਾਹਿਬ ਸਿੰਘ ਜੀ, ਕਿਉਂਕਿ ਜੇ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਭਵਿੱਖ ਦੇ ਨਾਲ ਆਪਣੇ ਪੰਜਾਬ ਦੇ ਨਾਲ ਜੋੜਾਂਗੇ ਤਾਂ ਹੀ ਉਹਨਾਂ ਨੂੰ ਪਤਾ ਲੱਗੂਗਾ ਕਿ ਇਹ ਸਾਡਾ ਸਿਸਟਮ, ਅਸੀਂ ਇਹਨੂੰ ਕਿਵੇਂ ਚਲਾਉਣਾ ਅਤੇ ਕਿਵੇਂ ਸੁਧਾਰਨਾ ਆ ਜੀ। ਅੱਛਾ, ਬੇਟੇ ਵੱਲੋਂ ਵੀ ਕੋਈ ਸੁਜੈਸ਼ਨ ਦਿੱਤਾ ਜਾਂਦਾ ਤੁਹਾਨੂੰ? ਨਹੀਂ, ਹਲੇ ਤਾਂ ਸਿੱਖ ਰਿਹਾ ਜੀ, ਪੰਜਾਬ ਦੇ ਅਮਰੀਕਾ ਜੀ 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 ਬਿਲਕੁਲ ਜੀ, ਪਰ ਹਲੇ ਇਹ ਬਿਲਕੁਲ ਅਬਜ਼ਰਵ ਕਰ ਰਿਹਾ, ਦੇਖ ਰਿਹਾ ਜੀ। ਅੱਛਾ, ਇੰਨਾ ਇਕੱਠ 'ਚ ਲੋਕ ਇਕੱਠੇ ਬਹੁਤ ਹੋਏ ਡੋਰ ਟੂ ਡੋਰ ਦੇ ਲਈ, ਤੁਸੀਂ ਵੀ ਆਏ ਹੋ ਹੁਸੈਨਪੁਰ ਤੋਂ, ਲੱਗਦਾ ਵੋਟਾਂ ਵਿੱਚ ਕਨਵਰਟ ਹੋਏਗਾ ਇਕੱਠ? ਦੇਖੋ ਬਿਲਕੁਲ, ਜਿਹੜੀ ਪਿਛਲੀ ਬਦਲਾਅ ਦੀ ਵੋਟ ਸੀ, ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕਰਕੇ ਜਿਹੜਾ ਆ ਉਹ ਲੋਕਾਂ ਨੂੰ ਪ੍ਰੇਰਿਤ ਕੀਤਾ ਸੀ, ਪਰ ਲੋਕ ਬੜੇ ਸਿਆਣੇ ਆ, ਉਹ ਹੁਣ ਸਮਝ ਚੁੱਕੇ ਆ ਕਿ ਸਾਡੀ ਜਿਹੜੀ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ, ਇਹੀ ਸਾਡਾ ਭਲਾ ਕਰ ਸਕਦੀ ਹੈ। ਇਸ ਕਰਕੇ ਲੋਕਾਂ ਦੇ ਵਿੱਚ ਹਰ ਪੱਧਰ 'ਤੇ ਬਹੁਤ ਉਤਸ਼ਾਹ ਆ ਜੀ। ਅੱਜ BJP ਦੇ ਵੀ ਕੁਝ ਵਰਕਰ ਜਿਹਨਾਂ ਨੇ ਜੁਆਇਨ ਕੀਤਾ ਅਕਾਲੀ ਦਲ ਪਾਰਟੀ ਨੂੰ, ਉਹਨੂੰ ਕਿਵੇਂ ਦੇਖਦੇ? ਅਸੀਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਔਰ ਅਸੀਂ ਕਹਿੰਦੇ ਸਾਰੇ ਇਕੱਠੇ ਹੋ ਕੇ ਆਓ, ਅਸੀਂ ਇਸ ਪੰਜਾਬ ਨੂੰ ਬਚਾਉਣ ਦੇ ਲਈ ਆਪਣਾ ਆਪਣਾ ਯੋਗਦਾਨ ਪਾਈਏ ਔਰ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੀਏ। ਤੁਸੀਂ ਵੀ ਡੋਰ ਟੂ ਡੋਰ ਕੀਤਾ, ਪਬਲਿਕ ਦਾ ਕੀ ਕਹਿਣਾ, ਪਬਲਿਕ ਦਾ ਕੀ ਓਪੀਨੀਅਨ ਹੈ? ਦੇਖੋ, ਪਬਲਿਕ ਬਿਲਕੁਲ ਜਿਹੜੀ ਇਸ ਵੇਲੇ ਸਮਝ ਚੁੱਕੀ ਆ ਵੀ ਜਿਹੜਾ ਝੂਠ ਬੋਲ ਕੇ ਭੰਡਗਿਰੀ ਕਰਕੇ ਰਾਜ ਨਹੀਂ ਚੱਲ ਸਕਦਾ, ਰਾਜ ਚਲਾਉਣ ਨੂੰ ਬੜੀ ਗੰਭੀਰਤਾ ਅਤੇ ਸਹਾਇਤਾ ਚਾਹੀਦੀ ਆ। ਸੋ ਲੋਕ ਇਸ ਗੱਲ ਨੂੰ ਹੁਣ ਸਮਝ ਚੁੱਕੇ ਆ ਜੀ। ਪਿੰਡਾਂ ਵਿੱਚ ਕੀ ਹੁੰਦਾ ਰਿਹਾ ਜੀ? ਬਹੁਤ ਬਹੁਤ ਵਧੀਆ ਹੈ ਜੀ ਔਰ ਬਹੁਤ ਹੀ ਉਤਸ਼ਾਹ ਦੇ ਨਾਲ ਜਿਹੜਾ ਹਰ ਵਰਗ ਦਾ ਨੌਜਵਾਨ, ਮਾਵਾਂ, ਧੀਆਂ, ਭੈਣਾਂ ਸਾਰੇ ਸਾਡੇ ਜਿਹੜੇ ਜੀ ਉਹਦੇ ਵਿੱਚ ਪੂਰੀ ਉਤਸ਼ਾਹ ਦੇ ਨਾਲ ਵੋਟ ਪਾਉਣ ਲਈ ਐਡੇ ਉਤਸੁਕ ਹਨ। ਅੱਛਾ, ਅਖੀਰਲਾ ਪੜਾਇਆ ਕੱਲ੍ਹ ਦੀ ਕੀ ਪਲੈਨਿੰਗ ਹੈ, ਮਤਲਬ 30 ਤਰੀਕ ਦੀ? ਕੱਲ੍ਹ ਨੂੰ ਅਸੀਂ ਰਾਹੋਂ ਵਿਖੇ ਜਿਹੜਾ ਜੀ ਇੱਕ ਇਸੇ ਤਰ੍ਹਾਂ ਹੀ ਡੋਰ ਟੂ ਡੋਰ ਕੰਪੇਨ ਕਰਨੀ ਆ ਔਰ ਜਿਹੜਾ ਇਸ ਨੂੰ ਆਖਰੀ ਜਿਹੜਾ ਆ ਉਹਨੂੰ ਪੂਰੇ ਬੂਥ ਲੈਵਲ ਤੱਕ ਜਿਹੜਾ ਮੈਨੇਜਮੈਂਟ ਦਾ ਅਸੀਂ ਸਾਰਾ ਉਹਦਾ ਪ੍ਰਬੰਧ ਕਰ ਰਹੇ ਹਾਂ ਜੀ। ਜਿਹੜੇ ਤੁਹਾਨੂੰ ਪਿਆਰ ਕਰਦੇ, ਵੈਸੇ ਪਿਆਰ ਕਰਨ ਵਾਲੇ ਬਹੁਤ ਆ, ਕੀ ਸੁਨੇਹਾ ਕੀ ਦੇਣਾ? ਬਸ ਇਹੀ ਜੀ ਕਿ ਆਓ ਅਸੀਂ ਸਾਰੇ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਨੂੰ ਕਾਮਯਾਬ ਕਰੀਏ। ਬਹੁਤ ਸ਼ੁਕਰੀਆ ਸਰ, ਬਹੁਤ ਮਿਹਰਬਾਨੀ। ਤੇ ਸਨ ਬਰਜਿੰਦਰ ਸਿੰਘ ਹੁਸੈਨਪੁਰੀ ਜੀ, ਔਰ ਤਸਵੀਰਾਂ ਤੁਸੀਂ ਦੇਖ ਲਓ, ਇੱਧਰ ਨਹਿਰੂ ਗੇਟ ਦੇ ਬਿਲਕੁਲ ਸਾਹਮਣੇ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਹੈ। ਤਸਵੀਰਾਂ ਤੁਹਾਨੂੰ ਪਹਿਲਾਂ ਵੀ ਡੋਰ ਟੂ ਡੋਰ ਦੀਆਂ ਦਿਖਾਤੀਆਂ। ਇੱਕ ਵਾਰ ਗੁਰਬਖਸ਼ ਸਿੰਘ ਖਾਲਸਾ ਜੀ ਨਾਲ ਵੀ ਗੱਲਬਾਤ ਕਰਦੇ ਆ, ਕਿਉਂਕਿ ਉਹ ਸਾਰੇ ਆਪਣੇ ਵਲੰਟੀਅਰਸ ਦਾ, ਵਰਕਰਸ ਦਾ ਧੰਨਵਾਦ ਕਰਨਾ ਚਾਹੁੰਦੇ ਆ। ਜੀ ਖਾਲਸਾ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਅੱਜ ਦਾ ਜਿਹੜਾ ਸਾਡਾ ਪੈਦਲ ਰੋਡ ਸ਼ੋਅ ਸੀ, ਜਿਹਦੇ ਵਿੱਚ ਉਚੇਚੇ ਤੌਰ 'ਤੇ ਬੀਬੀ ਬਲਵਿੰਦਰ ਕੌਰ ਜੀ ਚੰਦੂ ਮਾਜਰਾ, ਧਰਮ ਸੁਪਤਨੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਔਰ ਉਹਨਾਂ ਦੇ ਨਾਲ ਸੋਢੀ ਸਾਹਿਬ ਜਿਹੜੇ ਕੱਲ੍ਹ ਹੀ ਆਮ ਆਦਮੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਏ ਨੇ ਔਰ ਸਾਡੀ ਸਮੁੱਚੀ ਲੀਡਰਸ਼ਿਪ ਨੇ ਇਹ ਜਿਹੜਾ ਰੋਡ ਮਾਰਚ ਕੱਢਿਆ, ਡੋਰ ਟੂ ਡੋਰ ਕੀਤਾ। ਔਰ ਇਹ ਦੇਖਣ ਵਾਲੀ ਗੱਲ ਸੀਗੀ ਕਿ ਇੱਕ ਪਾਸੇ ਹਾਲਾਂਕਿ ਸਾਡੀ ਕੋਈ ਵੱਡੀ ਲੀਡਰਸ਼ਿਪ ਨਹੀਂ ਸੀਗੀ ਉਹਦੇ ਵਿੱਚ, ਫਿਰ ਵੀ ਦੁਕਾਨਦਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਕੇਡਰ ਦਾ ਵੀ ਸਵਾਗਤ ਕੀਤਾ ਔਰ ਨਹੀਂ ਪਿਆਰ ਉਹ ਵੱਖਰੀ ਗੱਲ ਹੈਗੀ ਆ, ਪਰ ਪਾਰਟੀ ਤੌਰ ਦੇ ਉੱਤੇ ਤੁਸੀਂ ਦੇਖਿਆ ਵੀ ਦੁਕਾਨਦਾਰਾਂ ਨੇ ਬਾਹਰ ਨਿਕਲ ਕੇ ਬੀਬੀ ਜੀ ਦੇ ਗਲ ਦੇ ਵਿੱਚ ਸਰੋਪੇ ਪਾਏ ਔਰ ਇਸੇ ਤਰ੍ਹਾਂ ਬੀਬੀ ਦੇ ਗਲ ਵਿੱਚ ਹਾਰ ਪਾਏ ਔਰ ਵੱਡੀ ਪੱਧਰ 'ਤੇ ਸਵਾਗਤ ਕੀਤਾ ਦੁਕਾਨਦਾਰਾਂ ਨੇ। ਅਤੇ ਜਿੱਦਣ ਮੁੱਖ ਮੰਤਰੀ ਆ, ਬਿਲਕੁਲ ਜੀ ਬਿਲਕੁਲ, ਦੇਖੋ ਪੰਜਾਬ ਦਾ ਵਪਾਰੀ
ਪੰਜਾਬ ਦਾ ਕਿਸਾਨ ਅੱਜ ਚਾਹੇ ਕੋਈ ਵਰਗ ਹੈ, ਚਾਹੇ ਕੋਈ ਧਰਮ ਦਾ ਬੰਦਾ, ਚਾਹੇ ਉਹ ਹਿੰਦੂ ਆ, ਚਾਹੇ ਸਿੱਖ ਆ, ਚਾਹੇ ਮੁਸਲਮਾਨ ਆ, ਚਾਹੇ ਈਸਾਈ ਆ, ਇਸ ਗੱਲ ਨੂੰ ਸਮਝ ਚੁੱਕਾ। ਜੇ ਪੰਜਾਬ ਦੇ ਵਿੱਚ ਸ਼ਾਂਤੀ ਬਹਾਲ ਰਹਿ ਸਕਦੀ ਹੈ, ਜੇ ਪੰਜਾਬ 'ਚ ਭਾਈਚਾਰਕ ਸਾਂਝ ਮਜ਼ਬੂਤ ਹੋ ਸਕਦੀ ਆ, ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਲਿਆਉਣਾ ਜ਼ਰੂਰੀ ਆ। ਇਸ ਕਰਕੇ ਅੱਜ ਦੇ ਜਿਹੜੇ ਹਾਲਾਤ ਆ ਉਹ ਇਹੋ ਜਿਹੇ ਬਣ ਚੁੱਕੇ ਆ ਕਿ ਅੱਜ ਤੁਸੀਂ ਦੇਖਿਆ ਕਿ ਇੰਨਾ ਭਾਰੀ ਸਮਰਥਨ ਪੂਰੇ ਅਸੀਂ ਸ਼ਹਿਰ ਦੇ ਵਿੱਚੋਂ ਜਿਹੜਾ ਸਾਨੂੰ ਸਮਰਥਨ ਮਿਲਿਆ, ਔਰ ਸਾਡੇ ਜਿਹੜੇ ਵਲੰਟੀਅਰ ਨੇ ਉਹਨਾਂ ਨੇ ਇਕੱਲੇ ਇਕੱਲੇ ਹੀ ਦੁਕਾਨ 'ਤੇ ਜਾ ਕੇ ਅਸੀਂ ਹੱਥ ਜੋੜ ਕੇ ਬੇਨਤੀ ਕੀਤੀ। ਹਾਂਜੀ ਹਾਂਜੀ, ਅਤੇ ਜਿਹੜਾ ਕੋਈ ਰਹਿ ਗਿਆ ਉਹਨਾਂ ਨੂੰ ਮਗਰ ਆ ਕੇ ਸਾਨੂੰ ਹਾਰ ਪਾਇਆ ਜੀ ਦਫ਼ਤਰ ਆ ਕੇ, ਇਹ ਵੀ ਸਾਡੇ ਲਈ ਖੁਸ਼ੀ ਵਾਲੀ ਗੱਲ ਆ। ਅਤੇ ਮੈਂ ਸਾਰੇ ਜਿੰਨੇ ਸਾਡੇ ਵਰਕਰ ਸਾਹਿਬਾਨ ਨੇ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇੰਨੀ ਗਰਮੀ ਦੇ ਬਾਵਜੂਦ ਇੰਨਾ ਲੰਮਾ ਪੈਣਾ ਤੈਅ ਕਰਕੇ ਦਾਣਾ ਮੰਡੀ ਤੋਂ ਲੈ ਕੇ ਅਤੇ ਪੂਰੇ ਸ਼ਹਿਰ ਵਿੱਚ ਦੀ ਘੁੰਮ ਕੇ ਇੱਥੇ ਦਫ਼ਤਰ ਦੀ ਸਮਾਪਤੀ ਦੇਣ ਲਈ ਤਾਂ ਨੌਜਵਾਨ ਅਮਰੀਕਾ ਤੋਂ ਵੀ ਆਏ ਹੋ। ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ। ਅੱਗੇ ਦੇਖੋ ਝਾੜੂ ਵਾਲਿਆਂ ਨੇ ਫੋਨ ਆਉਂਦੇ ਹੁੰਦੇ ਸੀ ਫੋਨ ਬਾਹਰੋਂ, ਪਿਛਲੀ ਵਾਰ ਤਾਂ ਝਾੜੂ ਵਾਲਿਆਂ ਨੇ ਦੋ ਵਾਰ ਫੋਨ ਆਉਂਦੇ ਰਹੇ, ਲੋਕ ਬਾਹਰ ਉਹਨਾਂ ਨੇ ਸਮਰਥਨ ਲਈ ਪੈਸਾ ਵੀ ਕਰੋੜਾਂ ਰੁਪਏ ਭੇਜ ਦਿੱਤਾ, ਪਰ ਇਸ ਵਾਰ ਅਕਾਲੀ ਦਲ ਦੇ ਸਮਰਥਨ ਲਈ ਜਿਹੜੇ ਲੋਕ ਬਾਹਰ ਫੋਨ ਕਰ ਰਹੇ ਆ, ਮੈਂ ਕਿਹਾ ਜੀ ਤੁਸੀਂ ਦੇਖਿਓ ਗੁਰੂ ਕਿਰਪਾ ਕਰੇ, ਇੱਕ ਵਾਰ ਐਂ ਦੱਸ ਦਾਂਗੇ ਝਾੜੂ ਚੌਥੇ ਨੰਬਰ ਤੇ ਆਊਗਾ ਵਿਧਾਨ ਸਭਾ ਹਲਕਾ ਨਵਾਂ ਸ਼ਹਿਰ 'ਚ, ਸ਼੍ਰੋਮਣੀ ਅਕਾਲੀ ਦਲ ਪਹਿਲੀ ਨੰਬਰ ਤੇ। ਹਾਂਜੀ, ਇੱਕ ਨੰਬਰ ਤੇ ਵੀਡੀਓ ਨੂੰ ਰੈਪ ਅਪ ਹੀ ਕਰਨਾ। ਖਾਲਸਾ ਜੀ ਦਾ ਬੜਾ ਯੋਗਦਾਨ ਰਹਿੰਦਾ, ਪਰ ਇਹਨਾਂ ਦੀ ਵੀ ਚੰਗੀ ਗੱਲ ਹੈ, ਹਲੀਮੀ ਭਰਪੂਰ ਗੱਲ ਹੈ ਕਿ ਸਾਰਿਆਂ ਨੂੰ ਕਹਿੰਦੇ ਕਿ ਸਾਰਿਆਂ ਦੇ ਸਹਿਯੋਗ ਦੇ ਨਾਲ ਹੁੰਦਾ। ਖਾਲਸਾ ਜੀ ਜਾਂਦੇ ਹਨ, ਦੇਖੋ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸੇ ਬਾਜ਼ਾਰਾਂ 'ਚੋਂ ਲੰਘ ਕੇ ਗਏ ਤੇ ਲੋਕਾਂ ਦੇ, ਤੁਸੀਂ ਦੇਖਿਆ ਹੋਣਾ ਵੀ ਜਿਹੜੇ ਦੁਕਾਨਦਾਰ ਸੀਗੇ ਉਹ ਦੁਕਾਨਾਂ ਤੋਂ ਬਾਹਰ ਨਹੀਂ ਨਿਕਲੇ, ਕਿਉਂਕਿ ਦੁਕਾਨਦਾਰਾਂ ਨੂੰ ਸਵੇਰ ਤੋਂ ਤਾਂ ਕੁੱਟਣਾ ਸ਼ੁਰੂ ਕਰ ਦਿੱਤਾ, ਉਹਨਾਂ ਦੇ ਸਮਾਨ ਚੱਕਣੇ ਸ਼ੁਰੂ ਕਰ ਦਿੱਤੇ। ਤੇ ਅੱਜ ਬੀਬੀ ਬਲਵਿੰਦਰ ਕੌਰ ਜੀ ਚੰਨੂ ਮਾਜਰਾ, ਰਾਣਾ ਵਿਕਰਮ ਸਿੰਘ ਜੀ ਸੋਢੀ, ਉਹ ਆਏ ਤੇ ਤੁਸੀਂ ਦੇਖਿਆ ਲੋਕਾਂ ਨੇ ਫੁੱਲਾਂ ਦੇ ਨਾਲ ਹਾਰਾਂ ਦੇ ਨਾਲ ਸਵਾਗਤ ਕੀਤਾ। ਸਾਡੀ ਕਿਸੇ ਦੁਕਾਨਦਾਰ ਨੂੰ ਨਹੀਂ ਆਈ, ਨਾ ਲੋਕਾਂ ਨੇ ਫੁੱਲ ਵੀ ਸਿੱਧੇ ਸਾਡੀਆਂ ਅੱਖਾਂ ਤੇ ਤਾਂ ਵੱਜੇ ਨਹੀਂ। ਮੁੱਖ ਮੰਤਰੀ ਸਾਹਿਬ ਦੇ ਪਤਾ ਨਹੀਂ ਕਿਉਂ ਵੱਜ ਜਾਂਦੇ ਆ, ਤੁਸੀਂ ਵਿਅੰਗ ਕਰ ਰਹੇ ਹੋ। ਮੈਂ ਵਿਅੰਗ ਨਹੀਂ ਕਰ ਰਿਹਾ, ਸੱਚ ਦੱਸ ਰਿਹਾ, ਕਿਉਂਕਿ ਇੱਕ ਵਾਰ ਹੋ ਸਕਦਾ, ਮੈਂ ਉਹਨਾਂ ਦੀ 4-5 ਵੀਡੀਓ ਦੇਖੀਆਂ, ਕਦੇ ਕਿਸੇ ਜ਼ਹਿਰ ਦੇ ਫੁੱਲ 'ਚ ਵੱਜ ਜਾਂਦਾ, ਕਦੇ ਕਿਤੇ ਆ, ਸਾਡੇ ਤੇ ਵੀ ਹੁਣ ਸਿੱਟੇ ਆ ਲੋਕਾਂ ਦੇ ਫੁੱਲ, ਸਾਡੇ ਤੇ ਤਾਂ ਵੱਜੇ। ਮੈਨੂੰ ਲੱਗਦਾ ਇੱਦਾਂ ਹੀ ਆ ਕਿ ਲੋਕਾਂ ਦਾ ਪਿਆਰ ਸਤਿਕਾਰ, ਮੈਂ ਨਵਾਂਸ਼ਹਿਰ ਨਿਵਾਸੀਆਂ ਦਾ, ਵਪਾਰੀਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੰਨਾ ਪਿਆਰ ਇੰਨਾ ਸਤਿਕਾਰ ਦਿੱਤਾ। ਇੱਕ ਧਾਰਨਾ ਨੂੰ ਵੀ ਤੁਸੀਂ ਤੋੜਿਆ, ਅੱਜ ਕਿਹਾ ਜਾਂਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪਿੰਡਾਂ 'ਚ ਪਿਆਰ ਮਿਲਦਾ, ਪਰ ਸ਼ਹਿਰ ਦੇ ਦੁਕਾਨਦਾਰ ਵੀ ਅਸੀਂ ਦੇਖ ਪਾ ਰਹੇ ਹਾਂ, ਔਰ ਜਿਹਨਾਂ 'ਚ ਆਪਾਂ ਨਿਕਲੇ ਰੋਡ ਸ਼ੋਅ 'ਚ ਦੁਕਾਨਦਾਰ ਨੇ ਵੀ ਸਵਾਗਤ ਕੀਤਾ। ਇੱਕ ਗੱਲ ਹੋਰ ਵੀ ਆ ਨਾ ਜੀ, ਜਿਹੜਾ ਇਸ ਵਿਧਾਨ ਸਭਾ ਹਲਕੇ ਵਿੱਚ ਜਿਹੜਾ ਝਾੜੂ ਆ ਉਹ ਆਪਣੀ ਹੋਣ ਦੀ ਲੜਾਈ ਨਹੀਂ ਲੜ ਰਿਹਾ, ਇੱਥੇ ਸਿਰਫ ਹਲਕਾ ਇੰਚਾਰਜ ਵੀ ਜਾਣ ਲਈ ਲੜਾਈ ਲੜੀ ਜਾ ਰਹੀ ਹੈ, ਨਾ ਕਿ ਝਾੜੂ ਦੀ ਕੋਈ ਲੜਾਈ ਲੜੀ ਜਾ ਰਹੀ ਆ। ਤੁਸੀਂ ਤਾਂ ਕਹਿੰਦੇ ਚੌਥੇ ਨੰਬਰ, ਮੈਂ ਤਾਂ ਹੀ ਕਿਹਾ ਨਾ ਵੀ ਉਹ ਵੀ ਨਹੀਂ ਬਚਣੀ, ਉਹ ਬਚਣੀ ਨਹੀਂ, ਇਹ ਤਾਂ ਪਤਾ ਨਹੀਂ ਹੁਣ ਕਾਂਗਰਸਾਂ ਦੀ ਹੈ ਬਸਪਾਂ ਦੀ ਆ, ਪਰ ਬਸਪਾ ਚੌਥੇ ਨੰਬਰ ਤੇ ਆਊ, ਇਹ ਜਾਣਦੇ ਆ ਜੀ ਵੀ ਪਹਿਲੇ ਨੰਬਰ ਤੇ ਅਕਾਲੀ ਦਲ ਆਊਗਾ, ਠੀਕ ਹੈ ਜੀ, ਦੂਜੇ ਨੰਬਰ ਤੇ ਕੌਣ ਆਉਂਦਾ ਸਾਨੂੰ ਨਹੀਂ ਪਤਾ, ਪਰ ਝਾੜੂ ਚੌਥੇ ਨੰਬਰ ਤੇ ਆਊ। ਤੁਸੀਂ ਕਹਿੰਦੇ ਬਾਕੀ ਦੂਜੇ ਤੀਜੇ ਦੀ ਲੜਾਈ ਆ, ਅਸੀਂ ਤਾਂ ਟੀਚਾ ਪਹਿਲੇ ਨੰਬਰ ਦਾ ਰੱਖਿਆ ਆ, ਪਹਿਲਾ ਅਸੀਂ ਤਾਂ ਟੀਚਾ ਪਹਿਲੇ ਨੰਬਰ ਦਾ ਰੱਖਿਆ ਆ, ਬਾਕੀ ਇਹ ਤਾਂ ਆਪੇ ਲੈਣ ਲੱਗੀ ਜਾਊ। ਬਹੁਤ ਸ਼ੁਕਰੀਆ ਸਰ, ਬਹੁਤ ਸ਼ੁਕਰੀਆ। ਸੂਰੀ ਸਾਹਿਬ, ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਮੀਡੀਆ ਦਾ ਵੀ ਧੰਨਵਾਦ ਕਰਦਾ ਹਾਂ ਜਿਹੜੇ ਐਡੀ ਗਰਮੀ ਦੇ ਵਿੱਚ ਸਾਡੇ ਨਾਲ ਗਏ, ਕਿਉਂਕਿ ਲੋਕਾਂ ਤੱਕ ਗੱਲ ਉਦੋਂ ਪਹੁੰਚਦੀ ਆ, ਲੋਕਾਂ ਦਾ ਪਿਆਰ ਸਤਿਕਾਰ ਸਾਡੇ ਕਹਿਣ ਨਾਲ ਨਹੀਂ, ਜਦੋਂ ਸਾਹਮਣੇ ਦੀਦਾ ਕਿ ਕਿੰਨਾ ਸਤਿਕਾਰ ਮਿਲ ਰਿਹਾ ਤੇ ਉਹ ਪਤਾ ਲੱਗਦਾ ਕਿ ਦੁਕਾਨਦਾਰ ਕਿੱਦਾਂ ਬਾਹਰ ਆ ਕੇ ਤੁਹਾਡਾ ਲਾਈਨ 'ਚ। ਇੱਕ ਛੋਟੀ ਜਿਹੀ ਗੱਲ ਪਹਿਲਾਂ ਵੀ ਕਿ ਦੁਆਰਤੀ ਵੀ ਕਹਿ ਦਿੰਦਾ, ਦੇਖੋ ਪੋਲੀਟੀਕਲ ਪਾਰਟੀ ਨੂੰ ਐਸ ਆ ਜਰਨਲਿਸਟ ਆਪਾਂ ਸਪੋਰਟ ਨਹੀਂ ਕਰਦੇ ਕਿਸੇ ਨੂੰ ਵੀ, ਪਰ ਖਾਲਸਾ ਜੀ ਨਾਲ ਸਾਡਾ ਪਿਆਰ ਹੈ ਤਾਂ ਜਿੱਥੇ ਕਹਿੰਦੇ ਉੱਥੇ ਖੜ ਜਾਂਗੇ। ਨਹੀਂ ਨਹੀਂ, ਤੁਹਾਡਾ ਸਾਰਿਆਂ ਦਾ ਚੈਨਲ ਦਾ ਧੰਨਵਾਦ, ਕਿਉਂਕਿ ਮੈਂ ਸੱਚਾਈ ਮਗਰ ਚੱਲਦਾ, ਸਿਰਫ ਅੱਜ ਲੋਕਾਂ ਦਾ ਜਿਹੜਾ ਪਿਆਰ ਸੀ ਸਤਿਕਾਰ ਸੀਗਾ, ਮੈਂ ਦੁਬਾਰਾ ਨਵਾਂਸ਼ਹਿਰ ਨਿਵਾਸੀਆਂ ਦਾ
ਧੰਨਵਾਦ ਕਰਦਾ ਹਾਂ। ਆਹ ਦੇਖੋ ਬੀਜੇ, ਆਹ ਦੇਖੋ ਇਹਨਾਂ ਦੇ ਨਵੇਂ ਸ਼ਹਿਰ ਦਾ, ਆਹ ਛੋਟੇ ਛੋਟੇ ਬੱਚੇ ਸਕੂਲਾਂ ਦੇ ਪਤਾ ਨਹੀਂ ਕਿੱਥੋਂ ਲਿਆ ਕੇ ਵਿਚਾਰਿਆਂ ਨੇ ਮੀਟਿੰਗਾਂ ਕਰਨੀਆਂ। ਆਹ ਪਿਛਲੇ ਦਿਨਾਂ ਤੋਂ ਦੇਖ ਰਹੇ ਹਾਂ ਕਿ ਨਵਾਂ ਸ਼ਹਿਰ ਜਿਹੜੀ ਮੀਟਿੰਗ ਹੁੰਦੀ ਆ ਇੱਦਾਂ ਬੱਸਾਂ ਭਰ ਕੇ ਆਉਂਦੀਆਂ, ਸ਼ਹਿਰ ਨਿਵਾਸੀ ਦਾ ਦੀਦੇ ਨਹੀਂ ਗੇ, ਲੋਕਾਂ ਨੇ ਸਕੂਟਰੀ ਤੇ ਜਾਣਾ। ਬਿਲਕੁਲ ਜੀ, ਤੇ ਬੱਸ ਕਹਿਣ ਵਾਲੀ ਆ ਜੀ ਗੱਲ, ਧਿਆਨ ਮੰਦੇ ਨਜ਼ਰ ਰੱਖੋ ਵੀ ਹਰ ਵਾਰ ਜਦੋਂ ਰੈਲੀ ਹੁੰਦੀ ਆ ਕੋਈ ਪ੍ਰੋਗਰਾਮ ਦਾ ਰੋਡ ਸ਼ੋਅ ਹੁੰਦਾ ਉਹਦੇ ਵਿੱਚ ਲੋਕ ਬਾਹਰੋਂ ਸੱਦੇ ਜਾਂਦੇ ਆ। ਇਹ ਅੱਜ ਦਾ ਜਿਹੜਾ ਰੋਡ ਸ਼ੋਅ ਸੀ ਇਹ ਸਾਰੇ ਸ਼ਹਿਰ ਦੇ ਬਿਜ਼ਨਸਮੈਨ ਦੁਕਾਨਦਾਰ ਸਾਰੇ ਸੀ, ਨਾ ਕਿ ਬਾਹਰੋਂ ਪੈਸੇ ਦੇ ਕੇ ਲਿਆਂਦੇ ਪੈਸੇ ਸੀ। ਸਾਰਿਆਂ ਨਾਲ ਵੱਡੀ ਦੇਖਣ ਵਾਲੀ ਚੀਜ਼ ਸੀ ਕਿ ਸਾਰੇ ਸ਼ਹਿਰ ਵਾਸੀ ਸੀ। ਤੁਸੀਂ ਕਿਹਾ ਖਾਲਸਾ ਜੀ ਲਈ ਕੀ ਕਰਨ? ਅਸੀਂ ਪਰਮ ਭਾਜੀ ਲਈ ਜਾਣ ਹਾਜ਼ਰ ਆ ਜੀ। ਹੋਰ ਦੱਸੋ। ਮੈਂ ਇਸੇ ਕਰਕੇ ਗਿਆ ਕਿ ਖਾਲਸਾ ਜਿਹੜਾ ਪਿਆਰ ਆ ਜਿੱਥੇ ਕਹਦੇ ਉੱਥੇ ਉਹੀ ਕੰਮ ਅਸੀਂ ਕਰਨਾ ਬਸ। ਇਹਨਾਂ ਨੇ ਕਮਾਇਆ ਆ, ਹਾਂ ਪੂਰੇ ਪਰਿਵਾਰ ਨੇ ਕਮਾਈ ਆ ਜੀ, ਪੂਰੇ ਪਰਿਵਾਰ ਨੇ ਕਮਾਈ ਆ ਜੀ। ਅੱਜ ਜਿਸ ਵਜੂਦ ਤੇ ਖੜੇ ਆ ਇਹਨੂੰ ਪਲਾਨ ਲਈ ਬਹੁਤ ਟਾਈਮ ਲੱਗਾ ਇਹਨਾਂ ਦਾ, ਅਸੀਂ ਇਹਨਾਂ ਦੇ ਵੀ ਭਾਰੀ ਆ, ਸ਼੍ਰੋਮਣੀ ਅਕਾਲੀ ਦਲ ਦੇ ਵੀ ਭਾਰੀ। 12:30 ਵਜੇ ਘਰ ਗਏ। ਧੰਨਵਾਦ ਜੀ, ਧੰਨਵਾਦ, ਬਹੁਤ ਸ਼ੁਕਰੀਆ ਜੀ ਪੀਵੀ 32 ਦੀ ਟੀਮ ਦਾ, ਔਰ ਜਿਨ੍ਹਾਂ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ। ਕੱਲ੍ਹ ਚੋਣ ਪ੍ਰਚਾਰ ਬੰਦ ਹੋ ਜਾਣਾ ਕਿਉਂਕਿ ਉਦੋਂ ਲੱਗਦਾ ਕਿ ਸ਼ਾਇਦ ਇਹ ਪੈਸੇ ਨਾਲ ਪੇੜ ਆ। ਸੋ ਮੈਂ ਦੁਬਾਰਾ ਪੀਵੀ 32 ਦੀ ਸਮੁੱਚੀ ਟੀਮ ਔਰ ਸਮੁੱਚੇ ਮੀਡੀਆ ਦਾ, ਸ਼੍ਰੋਮਣੀ ਅਕਾਲੀ ਦਲ ਨਵਾਂ ਸ਼ਹਿਰ ਵੱਲੋਂ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਇਹ ਖਬਰਾਂ ਨਿਰਪੱਖਤਾ ਨਾਲ ਦਿਖਾਈਆਂ। ਸਭ ਤੋਂ ਵੱਡੀ ਗੱਲ ਦਲੇਰੀ ਇਹ ਹੁੰਦੀ ਆ ਕਿ ਹਰੇਕ ਨੂੰ ਹੁੰਦਾ ਕਿ ਪਤਾ ਨਹੀਂ ਪੈਸੇ ਦੇ ਕੇ ਚੈਨਲ ਨੂੰ ਆਪਣੀ ਖਬਰ ਲਵਾ ਦੇਣੀ ਆ, ਲੇਕਿਨ ਸਾਰਿਆਂ ਨੇ ਸਾਰੇ ਮੀਡੀਆ ਨੇ ਸੱਚ ਨੂੰ ਸੱਚ ਦਾ ਨਿਤਾਰਾ ਕੀਤਾ। ਉਹਦੇ ਲਈ ਮੈਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਮੁੱਚੇ ਮੀਡੀਆ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਥੀਓ, ਆਖਿਰ ਵਿੱਚ ਅਸੀਂ ਤਾਂ ਇਹ ਗੱਲ ਕਹਿਣੀ ਚਾਹੁੰਦੇ ਹਾਂ ਕਿ ਤੁਹਾਡੀ ਆਪਣੀ ਮਰਜ਼ੀ ਹੈ, ਤੁਹਾਡੀ ਆਪਣੀ ਰਾਏ ਆ, ਤੁਹਾਨੂੰ ਜਿਹੜਾ ਚੰਗਾ ਲੱਗਦਾ, ਜਿਹਦੇ ਵਾਅਦੇ ਸੱਚੇ ਲੱਗਦੇ ਉਹਨੂੰ ਵੋਟ ਪਾਓ। ਸਾਰਿਆਂ ਨੂੰ ਦਿਖਾਉਣਾ ਸਾਡਾ ਫਰਜ਼ ਹੈ, ਪਰ ਤੁਸੀਂ ਕਿਹਨੂੰ ਚੁਣਨਾ ਉਹ ਤੁਹਾਡਾ ਫਰਜ਼ ਹੈ, ਉਹ ਤੁਹਾਡੇ ਉੱਪਰ। ਤੁਹਾਨੂੰ ਜਿਹੜਾ ਚੰਗਾ ਲੱਗਦਾ, ਜਿਹੜਾ ਸੱਚਾ ਲੱਗਦਾ, ਉਹਦੇ ਨਿਸ਼ਾਨ 'ਤੇ ਤੁਸੀਂ ਉਂਗਲੀ ਦੱਬ ਦੇਣੀ ਹੈ। ਜੇ ਕੋਈ ਚੰਗਾ ਨਹੀਂ ਲੱਗਦਾ ਤਾਂ ਨੋਟਾ ਵੀ ਤੁਹਾਡੇ ਕੋਲ ਆਪਸ਼ਨ ਹੈਗੀ ਆ ਜੀ। ਮਿਹਰਬਾਨੀ ਮਿਹਰਬਾਨੀ, ਇਹ ਸ਼ਹਿਰ ਦਾ ਭਾਈਚਾਰਾ ਜੀ, ਆਹ ਪਿਆਰ ਰੱਖੋ ਜੀ। ਨਹੀਂ ਨਹੀਂ ਰੱਖੋ ਵੀਰੇ, ਕੋਈ ਗੱਲ ਨਹੀਂ ਬਾਈ ਜੀ, ਰੱਖੋ ਜੀ ਜੀ। ਰਾਣਾ ਜੀ ਰਹਿ ਗਏ, ਰਾਣਾ ਜੀ ਕੀ ਸੁਣਾਉਣਾ ਜੀ? ਮੈਂ ਕੁਛ ਨਹੀਂ ਸੁਣਾਉਣਾ, ਦੇਖੋ ਨਾ ਹੀ ਚੱਲ ਰਿਹਾ ਜੀ। ਚਲੋ, ਕਈ ਵੇਲੇ ਬੰਦਾ ਕੈਮਰਾ ਕੌਨਸ਼ੀਅਸ ਹੋ ਜਾਂਦਾ ਜੀ। ਚਲੋ, ਮਹਾਰਾਜ ਦੀ ਕਿਰਪਾ, ਮਹਾਰਾਜ ਦੀ ਕਿਰਪਾ ਜੀ। ਚਲੋ, ਉਮੀਦ ਕਰਦੇ ਮਹਾਰਾਜ ਵੀ ਬਲੈਸਿੰਗ ਕਰਨ ਜੀ। ਚਲੋ, ਬਹੁਤ ਬਹੁਤ ਸ਼ੁਕਰੀਆ ਜੀ। ਮੈਂ ਜਿਵੇਂ ਕਹਿ ਰਿਹਾ ਸੀਗਾ, ਸਾਰਿਆਂ ਨੂੰ ਦਿਖਾਉਣਾ ਸਾਡਾ ਫਰਜ਼ ਹੈ। ਔਰ ਦੂਜੀ ਗੱਲ ਕਿ ਸ਼ਹਿਰ ਬਹੁਤ ਛੋਟਾ, ਚਿੜੀ ਦੇ ਪੰਜੇ ਜਿੱਡਾ ਸ਼ਹਿਰ ਹੈ। ਮੇਰੇ ਡੈਡੀ ਵੀ ਮੈਨੂੰ ਅਕਸਰ ਕਹਿੰਦੇ ਹੁੰਦੇ ਕਿ ਸਾਰੀਆਂ ਪਾਰਟੀਆਂ 'ਚ ਸਾਡੇ ਕੁਝ ਕੁ ਲੋਕ ਇਹੋ ਜਿਹੇ ਹੈਗੇ ਆ ਜਿਹੜੇ ਜਾਨ ਸਾਡੇ ਲਈ ਦਿੰਦੇ ਆ, ਜਿਹੜੇ ਸਾਡੇ ਕੰਮ ਆਏ, ਜਿਹਨਾਂ ਲਈ ਅਸੀਂ ਵੀ ਜਦੋਂ ਕਿਤੇ ਬੁਲਾਉਣ ਤਾਂ ਪਹੁੰਚਣਾ ਪੈਂਦਾ। ਔਰ ਖਾਲਸਾ ਜੀ, ਖਾਲਸਾ ਪਰਿਵਾਰ ਹੋ ਗਿਆ, ਸ਼੍ਰੋਮਣੀ ਅਕਾਲੀ ਦਲ 'ਚ ਬਹੁਤ ਇਹੋ ਜਿਹੇ ਨੇਕ ਇਨਸਾਨ ਨੇ ਜਿਹੜੇ ਸ਼ਹਿਰ ਵਾਸੀ ਲਈ ਕੰਮ ਆਉਂਦੇ। ਇੱਦਾਂ ਹੀ ਕਾਂਗਰਸ 'ਚ ਵੀ ਹੋਣਗੇ, ਇੱਦਾਂ ਹੀ ਬੀਜੇਪੀ 'ਚ ਵੀ ਹਨ, ਇੱਦਾਂ ਇੱਕ ਆਮ ਆਦਮੀ ਪਾਰਟੀ 'ਚ ਵੀ ਹੈ। ਪਰ ਤੁਹਾਨੂੰ ਜਿਹੜਾ ਚੰਗਾ ਲੱਗਦਾ ਤੁਸੀਂ ਉਹਨੂੰ ਵੋਟ ਪਾਉਣੀ ਹੈ, ਸਾਡਾ ਕੰਮ ਦਿਖਾਉਣਾ, ਵੋਟ ਪਾਉਣਾ, ਆਪਣਾ ਮਨ ਬਣਾਉਣਾ, ਤੁਹਾਡਾ ਆਪਣਾ ਕੰਮ। ਬਣੇ ਜਾਣਾ ਵੀ ਬੱਤੀ ਨਵਾਂ ਸ਼ਹਿਰ ਨੰਬਰ ਛੋਟੀ ਜਨੀਸੂਰੀ ਕੈਮਰਾ ਪਰਸਨ ਜੀ ਨੂੰ ਦੱਸ ਦਿਓ, ਬਹੁਤ ਜਲਦੀ ਫਿਰ ਤੁਹਾਨੂੰ ਸਮਝੇ। ਸਤਿ ਸ਼੍ਰੀ ਅਕਾਲ, ਰੱਬ ਰੱਖਾ। ਕੱਟੀ ਨਾ, ਆਹ ਮੁੰਡੇ ਦਾ ਪੱਖ ਵੀ ਜਾਣਾ, ਬੀ ਐਸ ਪੀ ਦਾ ਸਪੋਰਟਰ ਹੈ। ਜੈ ਭੀਮ, ਜੈ ਭਾਰਤ ਭਾਈ। ਬੀ ਐਸ ਪੀ ਨੂੰ ਸਪੋਰਟ ਕਰ ਰਹੇ ਹੋ? ਹਾਂਜੀ ਹਾਂਜੀ। ਚਲੋ ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ।